ਮੰਨਣਾ ਸੀਗਾ ਛੋਟੇ ਹੁੰਦਿਆਂ ਵੀ, ਯਾਨੀ ਕਿ ਵੀ ਮੈਂ ਆਪਦੀ ਡੋਲੀ ਟਰੈਕਟਰਾਂ 'ਤੇ ਹੀ ਲੈ ਕੇ ਜਾਊਂਗਾ। ਸੋ ਮੈਂ ਆਪਦੇ ਘਰਦਿਆਂ ਨਾਲ ਗੱਲਬਾਤ ਕੀਤੀ, ਸੋ ਘਰਦਿਆਂ ਨੇ ਬਹੁਤ ਸਾਥ ਦਿੱਤਾ ਮੇਰਾ। ਇਹ ਮੇਰਾ ਬੱਚੇ ਨੇ ਬਹੁਤ ਚਿਰਦਾ ਹੀ ਮੇਰੇ ਕਹਿੰਦਾ ਸੀ ਮੇਰੀ ਖੁਮਾਇਸ਼ ਆ ਟਰੈਕਟਰ 'ਤੇ ਬਰਾਤ ਲੈ ਕੇ ਜਾਣੀ ਆ। ਮੈਂ ਆਪਣੇ ਬੱਚੇ ਨੂੰ ਕਹਿ ਦਿੱਤਾ ਵੀ ਠੀਕ ਆ ਬੇਟਾ, ਅਤੇ ਬਰਾਤ ਟਰੈਕਟਰ 'ਤੇ ਹੀ ਜਾਏਗੀ। ਸੋ ਪਿੰਡ ਵਾਲੇ ਸਾਰਿਆਂ, ਚਲੋ ਸਾਰੇ ਸੱਜਣਾਂ ਮਿੱਤਰਾਂ ਨੇ ਚਲੋ ਸਾਥ ਦਿੱਤਾ ਜੀ, ਅਤੇ ਵੱਧ ਤੋਂ ਵੱਧ ਟਰੈਕਟਰ 20-25 ਟਰੈਕਟਰ ਆ ਜੀ, ਸਾਰਿਆਂ ਬਹੁਤ ਸਹਿਯੋਗ ਦਿੱਤਾ ਜੀ, ਤਾਂ ਕਰਕੇ ਟਰੈਕਟਰਾਂ ਦੀ ਟੋਲੀ ਚੱਲੀ ਆ ਜੀ। ਟਰੈਕਟਰ ਬਹੁਤ ਜ਼ਿਆਦਾ ਟਰੈਕਟਰ ਆ ਜਿਹੜੇ ਲੱਗੇ ਆ ਲਾਈਨ ਦੇ ਵਿੱਚ ਲੱਗੇ ਆ, ਆਪਣਾ ਹੀ ਸਾਰਾ ਪ੍ਰਬੰਧ ਕਰਕੇ ਸ਼ਿੰਗਾਰ ਕੇ ਟਰੈਕਟਰ ਸਾਰੇ ਬਹੁਤ ਜ਼ਿਆਦਾ ਵਧੀਆ ਢੰਗ ਤਰੀਕੇ ਨਾਲ ਸ਼ਿੰਗਾਰ ਕੇ ਲਿਆਏ ਆ। ਜਿਹੜੀ ਆ ਬਰਾਤ ਜਿਹੜੀ ਆ ਟਰੈਕਟਰਾਂ 'ਤੇ ਚੱਲੀ ਆ, ਪੁਰਾਣਾ ਵਿਰਸਾ ਤਿਆਰ ਕੀਤਾ, ਬਹੁਤ ਧੰਨਵਾਦ ਇਹਨਾਂ ਦਾ, ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਸਭ ਟਰੈਕਟਰਾਂ ਭਾਅ ਦੇ ਧੋ ਕੇ ਸ਼ਿਕਾਰ ਕੇ ਨਾਲ ਚੱਲੇ ਆ। ਸਾਨੂੰ ਇਹ ਬਹੁਤ ਚੰਗਾ ਲੱਗ ਰਿਹਾ ਜੀ, ਟਰੈਕਟਰਾਂ 'ਤੇ ਬਰਾਤ ਜਾ ਰਹੀ ਹੈ, ਇਹ ਸਾਡੇ ਸੱਭਿਆਚਾਰ ਦੀ ਜਿਹੜੀ ਸ਼ਾਨ 'ਚ ਵੀ ਵਾਧਾ ਹੁੰਦਾ ਜੀ। ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ, ਇਹਦੇ ਵਿਆਹਾਂ 'ਤੇ ਘੱਟ ਤੋਂ ਘੱਟ ਖਰਚਾ ਕਰੋ। ਮੇਰੀ ਤਮੰਨਾ ਸੀਗਾ ਛੋਟੇ ਹੁੰਦਿਆਂ ਵੀ, ਯਾਨੀ ਕਿ ਵੀ ਮੈਂ ਆਪਦੀ ਡੋਲੀ ਟਰੈਕਟਰਾਂ 'ਤੇ ਹੀ ਲੈ ਕੇ ਜਾਊਂਗਾ। ਸੋ ਮੈਂ ਆਪਦੇ ਘਰਦਿਆਂ ਨਾਲ ਗੱਲਬਾਤ ਕੀਤੀ, ਸੋ ਘਰਦਿਆਂ ਨੇ ਬਹੁਤ ਸਾਥ ਦਿੱਤਾ ਮੇਰਾ। ਸੋ ਪਿੰਡ ਵਾਲੇ ਸਾਰਿਆਂ, ਚਲੋ ਸਾਰੇ ਸੱਜਣਾਂ ਮਿੱਤਰਾਂ ਨੇ ਚਲੋ ਸਾਥ ਦਿੱਤਾ ਜੀ, ਅਤੇ ਵੱਧ ਤੋਂ ਵੱਧ ਟਰੈਕਟਰ 20-25 ਟਰੈਕਟਰ ਆ ਜੀ, ਸਾਰਿਆਂ ਬਹੁਤ ਸਹਿਯੋਗ ਦਿੱਤਾ ਜੀ, ਤਾਂ ਕਰਕੇ ਟਰੈਕਟਰਾਂ ਦੀ ਟੋਲੀ ਚੱਲੀ ਆ ਜੀ। ਹਾਂਜੀ, ਸਾਨੂੰ ਜੱਟ ਯਾਨੀ ਕਿ ਮਹਿਕਮਾ ਜਿਹੜਾ ਵਾ ਟਰੈਕਟਰ ਵਾ, ਅਤੇ ਬਹੁਤ ਵਧੀਆ ਵਾ, ਯਾਨੀ ਕਿ ਸਾਰੇ ਸੱਜਣ ਮਿੱਤਰ ਵੀਰ ਆਏ ਆ, ਆਪਦਾ ਟਰੈਕਟਰ ਲੈ ਕੇ ਸ਼ਿੰਗਾਰ ਕੇ ਆਏ ਆ ਜੀ। ਸੋ ਸਾਨੂੰ ਬਹੁਤ ਚੰਗਾ ਲੱਗ ਰਿਹਾ ਸਾਰੇ। ਹਾਂਜੀ, ਇਹ ਮੇਰਾ ਬੱਚੇ ਨੇ ਬਹੁਤ ਚਿਰਦਾ ਹੀ ਮੇਰੇ ਕਹਿੰਦਾ ਸੀ ਮੇਰੀ ਖੁਮਾਇਸ਼ ਆ ਟਰੈਕਟਰ 'ਤੇ ਬਰਾਤ ਲੈ ਕੇ ਜਾਣੀ ਆ, ਅਤੇ ਮੇਰੇ ਬੱਚੇ ਦੀ ਮਨ ਦੀ ਤਮੰਨਾ ਸੀ, ਮੈਂ ਆਪਣੇ ਬੱਚੇ ਨੂੰ ਕਹਿ ਦਿੱਤਾ ਵੀ ਠੀਕ ਆ ਬੇਟਾ, ਅਤੇ ਬਰਾਤ ਟਰੈਕਟਰ 'ਤੇ ਹੀ ਜਾਏਗੀ। ਬਹੁਤ ਪਿੰਡ ਵਾਸੀਆਂ ਨੇ ਇੰਨਾ ਸਹਿਯੋਗ ਦਿੱਤਾ ਸਾਡਾ, ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਟਰੈਕਟਰ ਬਹੁਤ ਜ਼ਿਆਦਾ ਟਰੈਕਟਰ ਆ ਜਿਹੜੇ ਲੱਗੇ ਆ ਲਾਈਨ ਦੇ ਵਿੱਚ ਲੱਗੇ ਆ, ਆਪਣਾ ਹੀ ਸਾਰਾ ਪ੍ਰਬੰਧ ਕਰਕੇ ਸ਼ਿੰਗਾਰ ਕੇ ਟਰੈਕਟਰ ਸਾਰੇ ਬਹੁਤ ਜ਼ਿਆਦਾ ਵਧੀਆ ਢੰਗ ਤਰੀਕੇ ਨਾਲ ਸ਼ਿੰਗਾਰ ਕੇ ਲਿਆਏ ਆ। ਇਹਨਾਂ ਦਾ ਬਹੁਤ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗਿਆਨ ਸਿੰਘ ਆ ਜੀ, ਸਾਬਕਾ ਸਰਪੰਚ ਲੰਬਰਦਾਰ। ਬਹੁਤ ਹੀ ਇਹਨੇ ਵਧੀਆ ਕੰਮ ਕੀਤਾ ਜੀ, ਸਰਦਾਰ ਆਪਣੇ ਕੁਲਵੰਸੋ ਨੇ। ਜਿਹੜੀ ਆ ਬਰਾਤ ਜਿਹੜੀ ਆ ਟਰੈਕਟਰਾਂ 'ਤੇ ਚੱਲੀ ਆ, ਪੁਰਾਣਾ ਵਿਰਸਾ ਤਿਆਰ ਕੀਤਾ, ਬਹੁਤ ਧੰਨਵਾਦ ਇਹਨਾਂ ਦਾ, ਪਿੰਡ ਵਾਲਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਸਭ ਟਰੈਕਟਰਾਂ ਭਾਅ ਦੇ ਧੋ ਕੇ ਸ਼ਿਕਾਰ ਕੇ ਨਾਲ ਚੱਲੇ ਆ, ਬਰਾਤ ਚੱਲੀ, ਬਹੁਤ ਚਾਵਾਂ ਨਾਲ ਖੁਸ਼ੀ ਨਾਲ ਭੰਗੜੇ ਪੈਂਦੇ ਆ, ਬਹੁਤ ਖੁਸ਼ੀ ਆ ਸਾਨੂੰ ਇਹ ਨਗਰ ਵਾਲਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੌਜੂਦਾ ਨੰਬਰਦਾਰ ਸਾਬਕਾ ਸਰਪੰਚ ਪਿੰਡ ਸ਼ੇਖ ਮੰਗਾ, ਅਤੇ ਸਾਨੂੰ ਇਹ ਬਹੁਤ ਚੰਗਾ ਲੱਗ ਰਿਹਾ ਜੀ, ਟਰੈਕਟਰਾਂ 'ਤੇ ਬਰਾਤ ਜਾ ਰਹੀ ਹੈ, ਇਹ ਸਾਡੇ ਸੱਭਿਆਚਾਰ ਦੀ ਜਿਹੜੀ ਸ਼ਾਨ 'ਚ ਵੀ ਵਾਧਾ ਹੁੰਦਾ ਜੀ। ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ, ਇਹਦੇ ਵਿਆਹਾਂ 'ਤੇ ਘੱਟ ਤੋਂ ਘੱਟ ਖਰਚਾ ਕਰੋ ਅਤੇ ਆਪਣੇ ਸੱਭਿਆਚਾਰ ਨਾਲ ਜੁੜੋ ਜੀ। ਧੰਨਵਾਦ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ